ਜੀ ਨਮਸਕਾਰ, ਅਸਲਾਮ ਅਲੈਕਮ ਟੂ ਆਲ। ਦੇਖੋ ਜੀ, ਅੱਜ ਮੈਂ ਇੱਕ ਚੀਜ਼ ਬੜੀ ਵਧੀਆ ਤੁਹਾਨੂੰ ਦੱਸਣੀ ਹੈ ਵੀ ਜਦੋਂ ਅਸੀਂ ਕੋਈ ਵੀ ਸਟਫ ਰੋਟੀ ਬਣਾਉਣੀ ਹੋਵੇ, ਮੂਲੀ ਵਾਲੀ, ਗਾਜਰ ਵਾਲੀ, ਆਲੂ ਵਾਲੀ, ਪਨੀਰ ਵਾਲੀ, ਜਿਹੜੀ ਮਰਜ਼ੀ ਬਣਾਉਣੀ ਹੋਵੇ, ਉਹਦੇ ਵਾਸਤੇ ਵਧੀਆ ਵਾਲਾ ਆਟਾ ਕਿਵੇਂ ਗੁੰਨਿਆ ਜਾਵੇ। ਰੋਟੀ ਤਾਂ ਸਭ ਨੂੰ ਪਤਾ ਹੀ ਹੈ ਵੀ ਕਿਵੇਂ ਬਣਨੀ ਹੈ। ਆਟਾ ਬੜਾ ਜ਼ਰੂਰੀ ਹੁੰਦਾ ਹੈ। ਲਓ ਜੀ, ਆਟਾ ਲੈਣਾ ਹੈ। ਮੇਰੀ ਮਾਂ ਕਹਿੰਦੀ ਹੁੰਦੀ ਸੀ, ਆਟਾ ਗੁੰਨੋ ਅਤੇ ਮਲਾਈ ਵਰਗਾ। ਠੀਕ ਹੈ ਜੀ, ਮਲਾਈ ਵਰਗਾ ਮਤਲਬ ਗੁੰਨ ਗੁੰਨ ਕੇ ਉਹਨੂੰ ਮਲਾਈ ਵਰਗਾ ਕਰਨਾ ਹੁੰਦਾ। ਅਤੇ ਇਹ ਜਿਹੜਾ ਆਟਾ ਲਿਆ ਨਾ, ਜੇਕਰ ਆਪਾਂ ਬਹੁਤ ਵਧੀਆ ਰੋਟੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਦੇ ਵਿੱਚ ਕੀ ਕਰਨਾ ਅਸੀਂ, ਇੱਕ ਮਿੰਟ ਚਮਚਾ ਲੈ ਲਾ, ਐਵੇਂ ਇੱਕ ਚੁਟਕੀ, ਐਵੇਂ ਚੁਟਕੀ ਨਮਕ ਅਤੇ ਇੱਕ ਇੰਨਾ ਕੁ ਜਿਹੜੀ ਹੈ ਚੀਨੀ। ਜੇ ਆਪਾਂ ਇਹ ਪਾ ਦਈਏ ਤਾਂ ਇਹਦੇ ਨਾਲ ਰੋਟੀਆਂ ਰੜਦੀਆਂ ਬਹੁਤ ਸੋਹਣੀਆਂ ਨੇ। ਫਿਰ ਨੈਕਸਟ ਹੈਗਾ ਵੇ, ਜੇ ਤੁਹਾਨੂੰ ਨਰਮ ਨਰਮ ਫੁੱਲੇ ਫੁੱਲੇ ਵਾਲੇ ਚਾਹੀਦੇ ਨੇ ਤਾਂ ਵਿੱਚ ਤੁਸੀਂ ਪਾ ਲਓ ਅੱਧਾ ਚਮਚਾ, ਅੱਧਾ ਚਮਚਾ ਜ਼ਿਆਦਾ ਨਹੀਂ, ਚਮਚਾ ਨਹੀਂ, ਬੇਕਿੰਗ ਪਾਊਡਰ ਇਹ ਪਾ ਲਓ। ਅਤੇ ਉਸ ਤੋਂ ਇਲਾਵਾ ਜੇਕਰ ਆਪਾਂ ਪਾ ਲਈਏ ਦਹੀਂ, ਦਹੀਂ, ਦੁੱਧ, ਮਲਾਈ, ਕੁਝ ਵੀ ਪਾਈਏ ਅਤੇ ਇਹ ਪਾ ਲਓ। ਠੀਕ ਹੈ ਜੀ, ਇਹ ਸਾਰਾ ਮਿਕਸ ਕਰ ਲਓ ਅਤੇ ਇਸ ਤਰੀਕੇ ਨਾਲ ਅਸੀਂ ਇਹਨੂੰ ਪਾਣੀ ਪਾ ਕੇ ਆਟਾ ਗੁੰਨਾਂਗੇ। ਹਮੇਸ਼ਾ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਪਹਿਲਾਂ ਇਸ ਤਰ੍ਹਾਂ ਕਰਕੇ ਸਾਰਾ ਪਾ ਲਓ। ਬਿਲਕੁਲ ਇੱਕਦਮ ਪਾਣੀ ਨਹੀਂ ਪਾਉਣਾ ਅਤੇ ਇਸਨੂੰ ਹਲਕਾ ਹਲਕਾ ਹੱਥਾਂ ਨਾਲ ਇਕੱਠਾ ਕਰਨਾ। ਫਿਰ ਇਸ ਤੋਂ ਬਾਅਦ ਜਦੋਂ ਇਕੱਠਾ ਹੋ ਜਾਏਗਾ, ਥੋੜ੍ਹਾ ਥੋੜ੍ਹਾ ਦੂਜੇ ਹੱਥ ਨਾਲ ਪਾਣੀ ਪਾਈ ਜਾਓ ਅਤੇ ਇਹਨੂੰ ਗੁੰਨੀ ਜਾਓ। ਇਸਨੂੰ ਆਟੇ ਨੂੰ ਜੇ ਮੁੱਕੀਆਂ ਦਿੱਤੀਆਂ ਜਾਣ ਇਸ ਤਰ੍ਹਾਂ ਤਾਂ ਆਟਾ, ਕਹਿੰਦੇ ਸੀ, ਮਾਂ ਕਹਿੰਦੀ ਸੀ, ਮਲਾਈ ਵਰਗਾ ਆਟਾ ਗੁੰਨੋ। ਜਿੰਨਾ ਅਸੀਂ ਇਹਨੂੰ ਗੁੰਨਾਂਗੇ, ਜਿੰਨੇ ਇਹਨੂੰ ਗੁੰਨ ਗੁੰਨ ਕੇ ਵਧੀਆ ਕਰਾਂਗੇ, ਉਨੀ ਰੋਟੀ ਜਿਹੜੀ ਹੈ ਉਹ ਬਹੁਤ ਵਧੀਆ ਵਾਲੀ ਪੱਕੇਗੀ। ਮੁੱਕੀਆਂ ਦੇ ਦੇ ਕੇ ਬਹੁਤ ਮੁਲਾਇਮ ਆਟਾ ਅਸੀਂ ਗੁੰਨ ਲਿਆ। ਪਹਿਲੇ ਜ਼ਮਾਨੇ ਦੇ ਵਿੱਚ ਨਾ ਅਸੀਂ ਆਟਾ ਜਿਹੜਾ ਅੱਧਾ ਅੱਧਾ ਘੰਟਾ ਗੁੰਨਦੇ ਸੀਗੇ, ਅੱਧਾ ਅੱਧਾ ਘੰਟਾ ਆਟਾ ਗੁੰਨਦੇ ਸੀ ਔਰ ਬਹੁਤ ਵਧੀਆ ਮਲਾਈ ਵਰਗਾ ਆਟਾ ਹੋ ਜਾਂਦਾ। ਅੱਜ ਕੱਲ੍ਹ ਕਿਸੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਇਹਨੂੰ ਇੰਝ ਕਰ ਸਕਦੇ ਹੋ, ਮੈਂ ਅੱਛਾ ਗੁੰਨਿਆ ਵੈਸੇ, ਇਹਨੂੰ ਅਸੀਂ ਇੱਥੇ ਵਿੱਚ ਰੱਖ ਕੇ ਨਾ ਇਹਦੇ 'ਤੇ ਜਰਾ ਕੁ। ਇੱਕ ਹੋਰ ਟਿਪ, ਜਿਹੜਾ ਜਦੋਂ ਵੀ ਆਪਾਂ ਆਟਾ ਜਿਹੜਾ ਵੇ ਉਹ ਰੱਖਣਾ ਹੈ ਫਰਿੱਜ ਦੇ ਵਿੱਚ ਜਾਂ ਬਾਹਰ, ਜਰਾ ਕੁ ਇਹਨੂੰ ਉੱਪਰੋਂ ਕੀ ਲਗਾ ਦਿਉ। ਫਿਰ ਆਟੇ ਦੇ ਉੱਤੇ ਸਿੱਕਰੀ ਕਹਿੰਦੇ ਸੀ ਆਪਾਂ, ਨਹੀਂ ਜੰਮਦੀ, ਅਤੇ ਇਹ ਗਿੱਲਾ ਕਰਕੇ ਇਹਦੇ ਉੱਤੇ ਕੋਈ ਤੁਹਾਡਾ ਪੋਣਾ ਜਾਂ ਜਿਹੜਾ ਵੀ ਕੱਪੜਾ ਹੈ ਉਹ ਦੇ ਕੇ, ਜੇ ਤੁਸੀਂ ਬਹੁਤ ਜ਼ਿਆਦਾ ਗੁੰਨ ਨਹੀਂ ਨਾ ਸਕਦੇ ਤਾਂ ਇਹਨੂੰ ਪਿਆ ਰਹਿਣ ਦਿਓ, ਤਾਂ ਵੀ ਆਟਾ ਜਿਹੜਾ ਹੈ ਉਹ ਬਹੁਤ ਅੱਛਾ ਹੋ ਜਾਏਗਾ। ਪਨੀਰ ਨੂੰ ਨਾ ਕੱਦੂਕਸ ਕਰ ਲਓ, ਬਹੁਤ ਸਵਾਦ ਲੱਗਦੇ ਨੇ ਇਹ ਪਿਆਜ਼, ਅਤੇ ਅਸੀਂ ਪਾਵਾਂਗੇ ਨਾਲ ਹੀ ਪਿਆਜ਼ ਦੀਆਂ ਭੂਕਾਂ। ਘਰ ਹੀ ਲੱਗੇ ਹੋਏ ਨੇ ਪਿਆਜ਼ ਅਤੇ ਉਹਦੀਆਂ ਅਸੀਂ ਇਹਦੇ ਵਿੱਚ ਨਾ ਭੂਕਾਂ ਐਡ ਕਰਾਂਗੇ, ਇਹ ਬਹੁਤ ਟੇਸਟੀ ਲੱਗਦੀਆਂ ਨੇ। ਅਦਰਕ, ਅਦਰਕ ਤਾਂ ਹਰ ਫਿਲ ਵਾਲੀ ਜਿਹੜੀ ਸਟੱਫ ਵਾਲੀ ਰੋਟੀ ਹੈ ਉਹਦੀ ਜਾਨ ਹੁੰਦੀ ਹੈ। ਅੱਜ ਸਾਡੇ ਕੋਲ ਨਾ ਉਹ ਹੈ ਨਹੀਂ, ਧਨੀਆ ਨਹੀਂ ਹੈਗਾ, ਅਤੇ ਉਹਦਾ ਅਲਟਰਨੇਟਿਵ ਹੋ ਜਾਂਦਾ, ਆਪਾਂ ਇਹ ਕਸੂਰੀ ਮੇਥੀ ਜਿਹੜੀ ਹੈ ਇਹ ਪਾ ਲਾਂਗੇ। ਜਿਹੜੀ ਇਹ ਰੋਟੀ ਹੁੰਦੀ ਹੈ ਇਹਦੇ 'ਚ ਨਮਕ ਜ਼ਿਆਦਾ ਨਹੀਂ ਅੱਛਾ ਲੱਗਦਾ, ਜੀਰਾ ਪਾਊਡਰ ਬਹੁਤ ਸਵਾਦ ਲੱਗਦਾ ਹੈ,
ਅਮਚੂਰ ਵੀ ਮੈਂ ਨਹੀਂ ਪਾਉਂਦੀ ਕਿਉਂਕਿ ਖੱਟਾ ਖੱਟਾ ਫੀਲਿੰਗ ਆਉਂਦੀ ਹੈ। ਜ਼ਰਾ ਗਰਮ ਮਸਾਲਾ, ਜ਼ਰਾ ਕੁ ਕਾਲੀ ਮਿਰਚ ਅਤੇ ਜ਼ਰਾ ਕੁ ਲਾਲ ਮਿਰਚ, ਕਿਆ ਬਾਤ ਹੈ। ਮਿੰਟ ਹੋ ਗਏ ਰੱਖੇ ਨੂੰ, ਹੋਰ ਸਮਿਜਣ ਦੇਣਾ ਹੈ ਤਾਂ ਅੱਧਾ ਘੰਟਾ ਰੱਖ ਲਓ ਟਾਈਮ ਹੋਵੇ ਤਾਂ। ਪੇੜਾ ਇੱਕ ਪੇੜੇ ਦੇ ਵਿੱਚ ਬਣਾ ਰਹੀ ਹਾਂ, ਇੱਕ ਪੇੜਾ ਲਓ ਅਤੇ ਇਸਨੂੰ ਵੇਲ ਭਰ ਲਓ ਜਿੰਨਾ ਖਾਣਾ ਜੇ। ਕਈ ਬਹੁਤ ਥੋੜ੍ਹੀ ਪਸੰਦ ਕਰਦੇ ਆ, ਕਈ ਸਾਡੇ ਵਰਗੇ ਜ਼ਿਆਦਾ ਪਸੰਦ ਕਰਦੇ ਆ, ਅਤੇ ਇਸ ਨੂੰ ਇੱਦਾਂ ਕਰਕੇ ਨਾ ਇਕੱਠਾ ਕਰਕੇ। ਇਹ ਵੀ ਟਿਪ ਹੈ, ਦੇਖੋ ਜੇ ਜਿਹਨਾਂ ਕੋਲੋਂ ਨਹੀਂ ਮਤਲਬ ਵੀ ਇਹ ਪੇੜਾ ਬਣ ਸਕਦਾ ਨਾ, ਉਹ ਕੀ ਕਰਨ, ਇੱਦਾਂ ਇਕੱਠਾ ਕਰਕੇ ਅਤੇ ਇੱਥੇ ਇਸ ਤਰ੍ਹਾਂ ਇੱਕ ਆਟਾ ਇਕੱਠਾ ਕਰ ਲਓ ਤਾਂ ਕਿ ਇੱਥੇ ਗੰਢ ਨਾ ਆਵੇ, ਅਤੇ ਇਸ ਆਟੇ ਨੂੰ ਤੁਸੀਂ ਕੱਢ ਦਿਓ ਇੰਨੀ ਕੁ ਬਾਹਰ। ਸਿੰਗਲ ਪੇੜੇ ਵਿੱਚ ਵੀ ਬਹੁਤ ਵਧੀਆ ਪਤਲੀ ਜਿੰਨੀ ਚਾਹੋ ਵੇਲ ਸਕਦੇ ਹੋ, ਔਰ ਇਹ ਜੋ ਕੁਛ ਵੀ ਇਹਦੇ ਵਿੱਚ ਹੈਗਾ ਜਿਹੜਾ ਇਹ ਬਾਹਰ ਆਉਂਦਾ, ਇਹ ਤੁਹਾਨੂੰ ਬਾਅਦ ਵਿੱਚ ਰੋਟੀ ਰੜਦੀ ਹੈ ਜਦੋਂ ਤਾਂ ਬਹੁਤ ਵਧੀਆ ਲੱਗੇਗਾ। ਮਾੜੀ ਜਿਹੀ ਤਵੇ ਨੂੰ ਗ੍ਰੀਸਿੰਗ ਕਰ ਲਓ ਅਤੇ ਪਾਓ ਆਪਣੀ ਰੋਟੀ ਇਹਦੇ ਉੱਪਰ। ਇੰਨੀ ਕੁ ਰੋਟੀ ਬਣੇ ਨਾ ਅਤੇ ਫਿਰ ਤੁਸੀਂ ਜਿਹੜਾ ਗ੍ਰੀਸਿੰਗ ਕਰੋ। ਔਰ ਇਹ ਟਿਪ ਹੈ ਕਿ ਜਿੰਨਾ ਵੀ ਲਾਉਣਾ, ਤੁਸੀਂ ਥੋੜ੍ਹਾ ਲਾਉਣਾ ਚਾਹੁੰਦੇ ਹੋ ਥੋੜ੍ਹਾ ਲਾਓ, ਬਹੁਤਾ ਲਾਉਣਾ ਚਾਹੁੰਦੇ ਹੋ ਬਹੁਤਾ ਲਗਾਓ, ਪਰ ਜਿੰਨਾ ਵੀ ਲਾਉਣਾ ਇੱਕੋ ਵਾਰੀ ਲਾਉਣਾ। ਬਾਰ ਬਾਰ ਉਹਨੂੰ ਅੱਧਾ ਚਮਚਾ, ਫਿਰ ਨਿੱਕਾ ਜਿਹਾ, ਫਿਰ ਰੋਟੀ ਜਿਹੜੀ ਹੈ ਵਧੀਆ ਨਹੀਂ ਰੜਦੀ। ਹੁਣ ਅਸੀਂ ਇਹਨੂੰ ਰਾੜ ਲਾਂਗੇ। ਲਓ ਜੀ, ਖੂਬਸੂਰਤ ਰੋਟੀ ਰੜੀ ਹੋਈ। ਇਹ ਇੰਨੀ ਇਸ ਤਰ੍ਹਾਂ ਦੀ ਰੋਟੀ ਜੇ ਖਾਣੀ ਹੈ ਤਾਂ ਜਿਵੇਂ ਮੈਂ ਆਟਾ ਕਿਹਾ ਨਾ, ਉਵੇਂ ਗੁੰਨੋਗੇ ਅਤੇ ਇਸ ਤਰ੍ਹਾਂ ਦੀਆਂ ਰੋਟੀਆਂ ਬਣਨਗੀਆਂ। ਇਫ ਯੂ ਲਾਈਕ, ਕਈਆਂ ਨਰਮ ਨਰਮ ਪਸੰਦ ਹੁੰਦੀਆਂ, ਉਹ ਵੀ ਬਣਾ ਸਕਦੇ ਹੋ, ਖਾ ਸਕਦੇ ਹੋ। ਅਤੇ ਲਓ ਜੀ, ਸਭ ਤੋਂ ਖੂਬਸੂਰਤ ਪੂਰੀ ਪ੍ਰੋਟੀਨ ਵਾਲੀ ਰੋਟੀ ਬਣ ਕੇ ਹੋ ਗਈ ਹੈ ਤਿਆਰ, ਅਤੇ ਚੱਲਦੇ ਅੰਦਰ। ਬੜੇ ਦਿਨਾਂ ਬਾਅਦ ਨਾਲ ਤੁਰੀ ਕਰ ਰਹੇ ਸੀਗੇ, ਮੈਂ ਕਿਹਾ ਚਲੋ ਅੱਜ ਘਰੋਂ ਕਰਕੇ ਜਾਂਦੇ ਹਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਇਹ ਰੋਟੀ ਦੇਖ ਲੈਣਾ ਵਿਦ ਟਿਪਸ ਐਂਡ ਟ੍ਰਿਕਸ, ਅਤੇ ਬਹੁਤ ਬਹੁਤ ਧੰਨਵਾਦ।